ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਅੱਜ ਸਾਡੇ ਨਾਲ ਨੇ ਪ੍ਰੋਫੈਸਰ ਜਗਮੋਹਨ ਸਿੰਘ ਉਹਨਾਂ ਨੇ ਭਗਤ ਸਿੰਘ ਤੇ ਬਹੁਤ ਕੰਮ ਕੀਤਾ ਬਹੁਤ ਲਿਖਿਆ ਬਹੁਤ ਸਮਝਿਆ ਉਹਨਾਂ ਨੂੰ ਉਹਨਾਂ ਨਾਲ ਦੋ ਗੱਲਾਂ ਅਸੀਂ ਅੱਜ ਕਰਾਂਗੇ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਪ੍ਰੋਫੈਸਰ ਮੈਂ ਤੁਹਾਡਾ ਸਵਾਗਤ ਕਰਦਾ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਤੇ ਅਸੀਂ ਜਿਹੜਾ ਅੱਜ ਭਗਤ ਸਿੰਘ ਕਿਸ ਤਰ੍ਹਾਂ ਰੈਲੇਵੈਂਟ ਹੈ ਅੱਜ ਉਹਦੇ ਵਿਚਾਰ ਦੀ ਕਿੰਨੀ ਲੋੜ ਹੈ ਔਰ ਕਿਸ ਤਰ੍ਹਾਂ ਯੂਜ਼ਫੁੱਲ ਹੈ ਉਹਦਾ ਵਿਚਾਰ ਸਾਡੇ ਸਮਾਜ ਵਾਸਤੇ ਪਹਿਲਾ ਪਾਰਟ ਤੇ ਹੈ ਕਿ ਭਗਤ ਸਿੰਘ ਉਹਨਾਂ ਦੀ ਜਿਹੜੀ ਚਿੰਤਾ ਸੀ ਕਿ ਅਸਲੀਅਤ ਇਹ ਹੈ ਕਿ ਵੀ ਅੰਗਰੇਜ਼ ਰਾਜ ਦਾ ਅਸਰ ਇਹ ਸੀਗਾ ਕਿ 90% ਲੋਕ ਜਿਹੜੇ ਸੀ ਉਹਨਾਂ ਤੋਂ ਰਿਸੋਰਸ ਖੋਏ ਗਏ ਉਹਨਾਂ ਨੂੰ ਗਰੀਬੀ 'ਚ ਧੱਕਿਆ ਗਿਆ ਅਤੇ ਭਗਤ ਸਿੰਘ ਦੀ ਚਿੰਤਾ ਇਹ ਹੈ ਕਿ ਇਹ ਜਿਹੜਾ ਅਸਰ ਹੈ ਮਤਲਬ ਸਿਰਫ ਅੰਗਰੇਜ਼ ਨੂੰ ਕੱਢਣ ਨਾਲ ਨਹੀਂ ਉਸ ਅਸਰ ਨੂੰ ਦੂਰ ਕਰਨ ਲਈ ਕੀ ਸਾਡੇ ਕੋਲ ਹੋਵੇ ਔਰ ਉਹਦਾ ਉਹਨਾਂ ਨੇ ਜਵਾਬ ਜਿਹੜਾ ਹੈ ਉਹ ਸਮਾਜਵਾਦ ਸ਼ਬਦ 'ਚ ਕੱਢਿਆ ਜੀ ਕਿ ਜਿੰਨਾ ਚਿਰ ਤੱਕ ਬਰਾਬਰੀ ਦਾ ਸਮਾਜ ਨਹੀਂ ਆਏਗਾ ਇਸ ਮਸਲੇ ਦਾ ਹੱਲ ਨਹੀਂ ਹੋ ਸਕਦਾ ਸਿਰਫ ਰਾਜ ਬਦਲਣਾ ਸਾਡਾ ਕੰਮ ਨਹੀਂ ਲੇਕਿਨ ਉਹਦੇ ਉੱਤੇ ਇੱਕ ਨਵੇਂ ਪ੍ਰਿੰਸੀਪਲ 'ਤੇ ਖੜਾ ਕਰਨਾ ਤਾਂ ਪਹਿਲੀ ਗੱਲ ਤਾਂ ਅੱਜ ਵੀ ਉਹ ਹੀ ਮਤਲਬ ਨਾ ਬਰਾਬਰੀ ਹੈ ਤਾਂ ਇਸ ਕਰਕੇ ਭਗਤ ਸਿੰਘ ਅੱਜ ਸੋਚ ਸਾਨੂੰ ਕਹਿੰਦਾ ਕਿ ਇਸ ਨਾ ਬਰਾਬਰੀ ਨੂੰ ਦੂਰ ਕਰਨ ਦੀ ਗੱਲ ਕਰ ਦੂਸਰਾ ਉਹਨਾਂ ਦਾ ਜਿਹੜਾ ਸੀ ਕਿ ਵੀ ਮੈਂ ਅਸੀਂ ਜ਼ਿੰਦਗੀ ਲਗਾ ਸਕਦੇ ਹਾਂ ਇੱਕ ਨਾਰਾ ਅਗਰ ਲੋਕਾਂ ਨੂੰ ਸਮਝ ਲੱਗ ਜਾਏ ਕਿਉਂਕਿ ਤੁਹਾਡੇ ਕੋਲ ਬਹੁਤ ਲੰਮੀਆਂ ਕਹਾਣੀਆਂ ਪਾਉਣ ਨੂੰ ਨਹੀਂ ਹੁੰਦੀਆਂ ਕਿ ਸਾਮਰਾਜਵਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਕਿ ਸਾਮਰਾਜਵਾਦ ਦੀ ਸ਼ਕਤੀਆਂ ਜਿਹੜੀਆਂ ਲੁੱਟ ਦੀਆਂ ਸ਼ਕਤੀਆਂ ਨੇ ਇੱਕ ਦੇਸ਼ ਦੂਜੇ ਦੇਸ਼ ਨੂੰ ਲੁੱਟਦਾ ਹੈ ਉਹ ਜਿੰਨਾ ਚਿਰ ਤੱਕ ਖਤਮ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਲੋਕਾਂ ਦੀ ਜ਼ਿੰਦਗੀ 'ਚ ਇਨਕਲਾਬ ਨਹੀਂ ਆ ਸਕਦਾ ਕੋਈ ਨਵਾਂ ਹੀ ਨਹੀਂ ਆ ਸਕਦਾ ਤਾਂ ਅੱਜ ਮੈਂ ਸਮਝਦਾ ਕਿ ਉਦੋਂ ਜ਼ਿਆਦਾ ਗਹਿਰੀ ਤਰੀਕੇ ਨਾਲ ਉਹ ਲੁੱਟ ਹੋ ਰਹੀ ਹੈ ਅੱਜ ਅਸੀਂ ਅੰਤਰਰਾਸ਼ਟਰੀ ਤਰੀਕੇ ਵਿੱਚ ਫਸੇ ਹੋਏ ਹਾਂ ਸਾਡੇ ਫੈਸਲੇ ਅਸੀਂ ਨਹੀਂ ਕਰ ਰਹੇ 47 'ਚ ਜੋ ਮਾੜਾ ਮੋਟਾ ਮਿਲਿਆ ਸੀ ਸਾਨੂੰ ਉਹ ਇਹ ਸੀ ਕਿ ਅਸੀਂ ਖੁਦ ਮੁਖਤਿਆਰ ਹਾਂ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਖੁਦ ਅੰਗਾਂਗੇ ਔਰ ਉਹਨਾਂ ਦਾ ਹੱਲ ਕੱਢਾਂਗੇ ਲੇਕਿਨ ਅੱਜ ਮਤਲਬ ਸਾਡੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਡਾਵਸ ਵਿੱਚ ਹੁੰਦੀਆਂ ਨੇ ਉਹ G20 ਮਿਲ ਕੇ ਕਰਦਾ ਜਾਂ ਅਮਰੀਕਾ 'ਚ ਹੁੰਦੀਆਂ ਮਤਲਬ ਅਸੀਂ ਆਪਣੀਆਂ ਪ੍ਰੋਬਲਮ ਨਹੀਂ ਹੱਲ ਕਰਦੇ ਨਾ ਉੱਤੇ ਚਰਚਾ ਕਰਦੇ ਸਗੋਂ ਜੇ ਕੋਈ ਚਰਚਾ ਕਰੇ ਜਾਂ ਸਵਾਲ ਕਰੇ ਤੇ ਅਸੀਂ ਸਮਝਦੇ ਹਾਂ ਕਿ ਇਹ ਤਾਂ ਸਭ ਤੋਂ ਮਤਲਬ ਉਹਨਾਂ ਦਾ ਦੁਸ਼ਮਣ ਵੈਸੇ ਇੱਕ ਗੱਲ ਮੈਂ ਹੋਰ ਪੁੱਛਣਾ ਚਾਹਣਾ ਜੀ ਭਗਤ ਸਿੰਘ ਇਨਕਲਾਬ ਦੀ ਗੱਲ ਕਰਦੇ ਸੀ ਏਕੇ ਦੀ ਗੱਲ ਕਰਦੇ ਸੀ ਪੂਰੇ ਦੇਸ਼ 'ਚ ਇੱਕ ਸਾਂਝੀ ਇੱਕ ਮੂਵਮੈਂਟ ਸੀ ਕ੍ਰਾਂਤੀਕਾਰੀ ਮੂਵਮੈਂਟ ਸੀ ਆਜ਼ਾਦੀ ਦੀ ਮੂਵਮੈਂਟ ਸੀ ਔਰ ਅਸੀਂ ਵੰਡ ਵੰਡ ਕੇ ਹੁਣ ਸਾਡੇ ਅਸੀਂ ਸ਼ਹੀਦਾਂ ਨੂੰ ਹੀ ਵੰਡੀ ਬੈਠੇ ਹਾਂ ਜਾਤ ਬਰਾਦਰੀਆਂ 'ਚ ਅਸੀਂ ਵੰਡ ਕੇ ਬਹਿ ਗਏ ਸਾਰੇ ਅਸੀਂ ਮੈਂ ਇਸ ਕਰਕੇ ਕਹਿੰਦਾ ਕਿ ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝ ਨਹੀਂ ਰਹੇ ਕਿ ਉਹ ਦੇਸ਼ ਦੀ ਲੜਾਈ ਵਾਸਤੇ ਉਹਨਾਂ ਨੇ ਲੜੀ ਸੀ ਦੇਸ਼ ਦੇ ਲੋਕਾਂ ਵਾਸਤੇ ਲੜਿਆ ਸੀ ਔਰ ਕਿਤੇ ਕਿਤੇ ਸ਼ਹੀਦਾਂ ਬਾਰੇ ਵੀ ਸਵਾਲ ਚੁੱਕੇ ਜਾਂਦੇ ਕਿ ਇਹ ਸ਼ਹੀਦ ਹੋਇਆ ਇਹ ਨਹੀਂ ਹੋਇਆ ਜਿਸ ਤਰ੍ਹਾਂ ਪੰਜਾਬ 'ਚ ਕਈ ਵਾਰੀ ਇੱਕ ਸਵਾਲ ਚੁੱਕਿਆ ਤੁਹਾਡਾ ਬਿਲਕੁਲ ਠੀਕ ਸਵਾਲ ਉਹ ਸਵਾਲ ਮਤਲਬ ਕਿਉਂ ਆ ਰਿਹਾ ਦੇਖੋ ਗੱਲ ਇਹ ਹੈ ਕਿ ਮਤਲਬ ਭਗਤ ਸਿੰਘ ਉਹਨਾਂ ਦਾ ਇਹ ਵੀ ਸੰਕਲਪ ਹੈ ਕਿ ਇਕੱਲਾ ਬਰਾਬਰਤਾ ਨਹੀਂ ਆਉਂਦੀ ਭਾਈਚਾਰੇ ਤੋਂ ਬਗੈਰ ਬਰਾਬਰਤਾ ਨਹੀਂ ਆਉਂਦੀ ਮਤਲਬ ਜੇ ਕੋਈ ਇਹ ਸਮਝੇ ਕਿ ਵੀ ਇਕੱਲੀ ਬਰਾਬਰਤਾ ਆ ਜੂ ਭਾਈਚਾਰੇ ਤੋਂ ਬਗੈਰ ਉਹ ਗਲਤ ਹੈ ਔਰ ਉਹ ਹੀ ਅਸੀਂ ਸਫ਼ਰ ਕਰ ਰਹੇ ਬਿਲਕੁਲ ਔਰ ਉਹਦੇ ਵਿੱਚ ਉਹ ਸ਼ਕਤੀਆਂ ਜਿਹੜੀਆਂ ਲੁੱਟ ਦੀਆਂ ਸ਼ਕਤੀਆਂ ਸਾਡੇ ਸਮਾਜ ਦੇ ਅੰਦਰ ਬੈਠੀਆਂ ਹੋਈਆਂ ਨੇ ਉਹ ਇਹ ਵੰਡੀਆਂ ਪਾਉਂਦੀਆਂ ਨੇ ਕਿ ਵੀ ਲੋਕਾਂ 'ਚ ਵੰਡੀ ਰਹੇਗੀ ਅਤੇ ਹੁਣ ਕਿਉਂਕਿ ਜੇ ਵੋਟਾਂ ਦਾ ਰਾਜ ਦੇਖੀਏ ਤਾਂ 30% ਨਾਲ ਤੁਸੀਂ ਕਹਿੰਦੇ ਜੀ ਅਸੀਂ ਸਾਰਿਆਂ ਨੇ ਚੁਣ ਲਿਆ ਸਾਨੂੰ ਪੂਰੇ ਦੇਸ਼ ਦਾ ਮਤਲਬ ਇਹਦਾ ਮਤਲਬ 70% ਲੋਕਾਂ ਦੀ ਪਛਾਣ ਹੀ ਨਹੀਂ ਹੈ ਔਰ ਉਹ ਤਾਂ ਹੀ ਬਣ ਸਕਦੀ ਜੇ 17 ਨੂੰ ਵੰਡ ਕੇ ਰੱਖੋ ਤਾਂ ਫਿਰ 30% ਵੱਡਾ ਹੋ ਜਾਂਦਾ ਮਤਲਬ ਜਿਹੜਾ ਮਤਲਬ ਸੋ ਇਸ ਕਰਕੇ ਜਿਹੜੀ ਅੱਜ ਸ਼ਕਤੀਆਂ ਮਤਲਬ ਔਰ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਮਰਾਜਵਾਦ ਦੇ ਹੱਕ ਦੀਆਂ ਸ਼ਕਤੀਆਂ ਜੀ ਜਦੋਂ ਉਹ ਅਸੀਂ ਫੈਸਲੇ ਆਪਣੇ ਵਾਸਤੇ ਨਹੀਂ ਕਰ ਰਹੇ ਅੱਜ ਜਿੱਦਾਂ GDP ਦੀ ਗੱਲ ਹੈ ਉਹਦੇ 'ਤੇ ਜੋਸਫ ਸਟਿਗਲਟ ਮਤਲਬ ਅਮੈਰੀਕਾ ਦੇ ਟੌਪ ਮਤਲਬ ਇਕੋਨੋਮਿਸਟ ਨੇ ਨੋਬਲ ਪ੍ਰਾਈਜ਼ ਵਿਨਰ ਨੇ ਉਹਨਾਂ ਨੇ ਗੱਲ ਸਮਝਾਈ ਕਿਸੇ ਨੇ ਉਹਨੂੰ ਪੁੱਛਿਆ ਕਿ ਇਹ ਦੱਸੋ ਜੀ ਤਰੱਕੀ ਤਾਂ ਬਹੁਤ ਹੋ ਰਹੀ ਹੈ ਲੋਕ ਗਰੀਬ ਹੋ ਰਹੇ ਨੇ ਉਹ ਕਹਿੰਦਾ ਇਹੀ ਤੁਹਾਨੂੰ ਸਮਝਣ ਦੀ ਲੋੜ ਹੈ ਤਰੱਕੀ ਕਿਵੇਂ ਹੋ ਰਹੀ ਹੈ ਕਿ ਤੁਸੀਂ 5 ਲੱਖ ਕਰੋੜ ਦਾ ਦੀ ਮਾਈਨਸ ਕੱਢੀ ਅਤੇ ਤੁਹਾਡੇ ਅਕਾਊਂਟ 'ਚ 5 ਲੱਖ ਕਰੋੜ ਜਮ੍ਹਾਂ ਹੋ ਗਿਆ ਪਰ ਕਹਿੰਦਾ ਤੁਹਾਡੇ ਲੋਕਾਂ ਨੂੰ ਕੀ ਮਿਲਿਆ ਕਹਿੰਦਾ ਇਮਾਨਦਾਰੀ ਨਾਲ 5% ਰਾਇਲਟੀ ਦਿੰਦੇ ਨੇ ਸਾਡੇ ਤੋਂ ਰਾਇਲਟੀ ਵੀ ਨਹੀਂ ਆਉਂਦੀ ਤਾਂ ਇਹ ਲੁੱਟ ਦਾ ਤੰਤਰ ਹੈ GDP ਵੀ ਲੁੱਟ ਦਾ ਮਈਅਰ ਹੈ ਤਾਂ ਇਸ ਕਰਕੇ ਉਹ ਉਸ ਤੰਤਰ ਨੂੰ ਚਲਾਉਣ ਲਈ ਇੱਦਾਂ ਦੀਆਂ ਸ਼ਕਤੀਆਂ ਜਿਹੜੀਆਂ ਨੇ ਔਰ ਦੂਸਰਾ ਜਿਹੜਾ ਹੈ ਕਿ ਜੇ ਅਸੀਂ ਸਾਂਝੇ ਤੌਰ 'ਤੇ ਮਤਲਬ ਇਹ ਸਾਡੀ ਬਦਕਿਸਮਤੀ ਰਹੀ ਹੈ ਕਿ 70 ਸਾਲਾਂ ਵਿੱਚ ਅਸੀਂ 1757 ਤੋਂ ਲੈ ਕੇ 1947 ਦਾ ਕੋਈ ਸਾਂਝਾ ਹਾਲ ਨਹੀਂ ਬਣਾ ਸਕੇ ਹਾਂ ਦੇਖ ਮਤਲਬ ਅਗਰ ਸਾਂਝਾ ਹਾਲ ਹੋਏਗਾ ਮੈਂ ਜਦੋਂ ਕਹਿੰਦਾ ਵੀ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੈਂ ਕਿਹਾ ਉਹ ਇੱਕ ਨਹੀਂ ਹੈ ਨਾ ਭਗਤ ਸਿੰਘ ਦਾ ਪਰਿਵਾਰ ਹੈ ਹਜ਼ਾਰਾਂ ਪਰਿਵਾਰ ਨੇ ਹੋ ਜੇ ਮੈਂ ਇਹਨਾਂ ਨੂੰ ਜਿਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਪੂਰਾ ਮਾਂ ਪਿਓ ਬੱਚੇ ਸਭ ਉਹਦੇ 'ਚ ਲੱਗੇ ਨੇ ਲੇਕਿਨ ਅਸੀਂ ਕੋਈ ਇਹੋ ਜਿਹਾ ਹਾਲ ਨਹੀਂ ਬਣਾ ਸਕੇ ਜਿੱਥੇ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਬੱਚਿਆਂ ਨੂੰ ਦਿਖਾ ਸਕੀਏ ਅਤੇ ਜਦੋਂ ਉਹ ਤੁਹਾਡੀ ਹੈ ਨਹੀਂ ਤਾਂ ਅਸੀਂ ਇਹ ਜਿਹੜੀ ਵਿਘਟਨ ਕਰਤੀਆਂ ਨੇ ਜਦੋਂ ਤੁਸੀਂ ਨਹੀਂ ਮੰਨਦੇ ਤਾਂ ਫਿਰ ਕਿਸੇ ਨੂੰ ਲੱਗਦਾ ਕਿ ਇਹ ਸਾਡੀ ਬਰਾਦਰੀ 'ਚੋਂ ਹੈ ਚਲੋ ਆਪਾਂ ਤਾਂ ਮਨਾਈਏ ਨਾ ਹਾਂ ਉਹ ਉਸ ਲੋੜ 'ਚੋਂ ਬਣਦਾ ਜਦੋਂ ਕਿ ਉਹ ਜ਼ਿੰਮੇਵਾਰੀ ਮਤਲਬ ਕੌਮ ਦੀ ਸੀ ਉਹ ਇਹੀ ਸਵਾਲ ਚੁੱਕਦੇ ਆ ਬਰਾਦਰੀਆਂ ਵਾਲੇ ਬਰਾਦਰੀ ਦੂਜੇ ਨਹੀਂ ਮਨਾ ਰਿਹਾ ਬਰਾਦਰੀ ਦਾ ਮਨਾ ਲਈ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਸਗੋਂ ਜਿਹਨਾਂ ਨੂੰ ਅਸੀਂ
ਅਸੀਂ ਮਨਾ ਸਕਦੇ ਹਾਂ ਕਿਉਂਕਿ ਆਪਾਂ ਸਾਂਝੇ ਲੋਕ ਹਾਂ। ਹਾਂਜੀ ਹਾਂਜੀ। ਔਰ ਇਸੇ ਕਰਕੇ ਮੇਰਾ ਸੀ ਵੀ ਜਦੋਂ ਸੁਖਦੇਵ ਦੀ ਸੈਂਟਰੀ ਆਈ ਤਾਂ ਮੈਂ ਉਹਦੇ 'ਤੇ ਇਨੀਸ਼ੀਏਟ ਕੀਤਾ ਸੀ, ਬਾਅਦ ਸਰਕਾਰ ਨੇ ਮਨਾਉਣੀ ਸ਼ੁਰੂ ਕੀਤੀ। ਮੈਂ ਕਿਹਾ ਮੇਰੀ ਜ਼ਿੰਮੇਵਾਰੀ ਬਣਦੀ। ਸਾਡੇ ਨਾਨੀ ਜੀ ਕਹਿੰਦੇ ਹੁੰਦੇ ਸੀ ਮੇਰਾ ਬੇਟਾ ਇਕੱਲਾ ਖੜਾ ਨਹੀਂ ਚੰਗਾ ਲੱਗਦਾ, ਉਹ ਆਪਣੇ ਸਾਥੀਆਂ 'ਚ ਖੜਾ ਚੰਗਾ ਲੱਗਦਾ। ਦੇਖੋ ਮਤਲਬ ਉਹ ਏਕਤਾ ਦੀ ਜਿਹੜੀ ਸਪਿਰਿਟ ਹੈ ਸਾਨੂੰ ਉਹ ਲਿਆਉਣੀ ਚਾਹੀਦੀ, ਉਹਨੂੰ ਤੋੜਿਆ ਜਾ ਰਿਹਾ ਕਿਉਂਕਿ ਉਹਨਾਂ ਨੇ ਬਰਾਦਰੀ ਲਈ ਨਹੀਂ ਕੀਤਾ, ਇਹੀ ਉਹਨਾਂ ਦੀ ਕਮਾਲ ਹੈ। ਉਹ ਬਰਾਦਰੀ ਲਈ ਨਹੀਂ ਲੜ ਰਹੇ ਸੀ, ਉਹ ਇਨਸਾਨੀਅਤ ਲਈ ਲੜ ਰਹੇ ਸੀ, ਇਸੇ ਕਰਕੇ ਇਨਸਾਨੀਅਤ ਪਛਾਣਦੀ ਉਹਨਾਂ ਨੂੰ। ਇੱਕ ਗੱਲ ਹੋਰ ਮੈਂ ਪੁੱਛਣੀ ਸੀ ਤੁਹਾਡੇ ਕੋਲੋਂ, ਏਅਰਪੋਰਟ ਦਾ ਮਾਮਲਾ ਸੀ, ਭਗਤ ਸਿੰਘ ਦੇ ਨਾਮ 'ਤੇ ਨਾਮ ਰੱਖਿਆ ਜਾਏ ਏਅਰਪੋਰਟ ਦਾ, ਉਹ ਪਹਿਲਾਂ ਸਰਕਾਰ ਪਿੱਛੇ ਹਟ ਗਈ ਸੀ, ਹੁਣ ਉਹਦੇ 'ਚ ਕੀ ਹੋ ਰਿਹਾ, ਅੱਗੇ ਕੁਛ ਹੋ ਰਿਹਾ? ਦੇਖੋ ਉਹਦੇ 'ਚ ਇੱਕ ਬਹੁਤ ਕਮਾਲ ਦੀ ਗੱਲ ਹੈ ਕਿ ਜਿੱਦਣ ਉਹ ਰੱਖਣਾ ਸੀ, ਹਾਲਾਂਕਿ ਮੇਰਾ ਆਪਣਾ ਸੀ ਵੀ ਉਹ ਭਗਤ ਸਿੰਘ ਨੂੰ ਕੋਈ ਭਗਤ ਸਿੰਘ ਦੇ ਉੱਤੇ ਪੈਸੇ ਲਾਉਣ ਨੂੰ ਤਿਆਰ ਨਹੀਂ, ਕਿਉਂਕਿ ਜਿਹੜਾ ਸਾਮਰਾਜਵਾਦ ਖਿਲਾਫ ਕਹਿ ਰਿਹਾ, ਸਾਮਰਾਜ ਉਹ 'ਤੇ ਪੈਸੇ ਕਿਉਂ ਲਾਊਗਾ? ਤਾਂ ਉਦੋਂ ਮਤਲਬ ਸਰਕਾਰ ਨੇ ਇਹ ਕਿਹਾ ਸੈਂਟਰ ਵਾਲੀ ਨੇ ਕਿ ਜੇ ਅਸੀਂ ਨੀਤੀ ਬਣਾ ਰਹੇ ਹਾਂ ਕਿ ਅੱਗੇ ਤੋਂ ਲੋਕਾਂ ਦੇ ਨਾਂ 'ਤੇ ਨਾ ਰੱਖਿਆ ਜਾਵੇ, ਪਰ ਬਦਕਿਸਮਤੀ ਲੋਕਾਂ ਦੀ ਇਹ ਹੈ ਕਿ ਉਹਦੇ ਤੋਂ ਬਾਅਦ ਸਟੇਸ਼ਨਾਂ ਦੇ ਨਾਂ ਬਦਲੇ ਗਏ, ਉਹਦੇ ਤੋਂ ਬਾਅਦ ਮਤਲਬ ਹੁਣ ਜਿਹੜਾ ਰੀਸੈਂਟ ਹੋਇਆ ਕਿ ਉੜੀਸਾ ਦਾ ਡੰਡਾ ਹੈ, ਉਹਨਾਂ ਨੇ ਆਪਣੇ ਸ਼ਹੀਦ ਦੇ ਨਾਂ ਦੇ ਉੱਤੇ ਮਤਲਬ ਏਅਰਪੋਰਟ ਦਾ ਨਾਂ ਰਖਾ ਲਿਆ। ਅੱਛਾ। ਔਰ ਮੋਦੀ ਜੀ ਨੇ ਕਹਿ ਦਿੱਤਾ ਕਿ ਦੇਖੋ ਜੀ ਉਹਨਾਂ ਨੇ ਕਿਹਾ, ਤਾਂ ਮੇਰਾ ਇਹ ਹੈ ਕਿ ਵੀ ਹੁਣ ਤਾਂ ਪੋਲਿਸੀ ਬਦਲ ਗਈ ਨਾ, ਜਿਹੜਾ ਤੁਸੀਂ 15 'ਚ ਸਾਨੂੰ ਕਹਿ ਰਹੇ ਸੀ 19 ਵਿੱਚ ਮੌਸਮ ਬਦਲ ਰਿਹਾ, ਤਾਂ ਇਸ ਕਰਕੇ ਹੁਣ ਤੁਹਾਨੂੰ ਆਪ ਭਗਤ ਸਿੰਘ ਦਾ ਨਾਂ ਦੇਣਾ ਪੈਣਾ, ਕਿਉਂਕਿ ਪੰਜਾਬ ਦੀ ਅਸੈਂਬਲੀ ਨੇ, ਹਰਿਆਣਾ ਥੋੜ੍ਹਾ ਥਿੜਕਦਾ ਸੀ ਔਰ ਹਰਿਆਣੇ ਨੂੰ ਜਦੋਂ ਫਟਕਾਰ ਮਿਲੀ ਤਾਂ ਹਰਿਆਣੇ ਨੇ ਵੀ ਆਪਣਾ ਯੂਨਾਨੀਮਸ ਪਾਸ ਕੀਤਾ ਕਿ ਉਹਦਾ ਨਾਂ ਹੋਣਾ ਚਾਹੀਦਾ। ਸੋ ਦੋ ਵੱਡੇ ਹਿੱਸੇਦਾਰ ਜਿਹੜੇ ਨੇ ਅਗਰ ਉਹ ਕਹਿ ਰਹੇ ਨੇ ਤਾਂ ਉਹ ਅੱਜ ਸਭ ਤੋਂ ਵੱਡਾ ਇਸ਼ੂ ਹੈ ਜਿਹੜਾ ਯਾਦ ਕਰਾਉਣਾ ਚਾਹੀਦਾ ਕਿ ਭਾਈ ਉਦੋਂ ਤੁਸੀਂ ਨਵੇਂ ਨਵੇਂ ਤਾਕਤ 'ਚ ਆਏ ਸੀ, ਹੁਣ ਤਾਕਤ ਜਾ ਰਹੀ ਹੈ, ਹੁਣ ਤਾਂ ਜਾਂਦੇ ਹੋਏ ਭਗਤ ਸਿੰਘ ਦਾ ਨਾਂ ਲੈ ਲਓ।